ਕੀ ਨਾਮ ਕੀ ਹੈ ਜੀ ਤੁਹਾਡਾ? ਮੇਰਾ ਨਾਮ ਗੁਰਿੰਦਰ ਸਿੰਘ ਹੈ। ਜਿਹੜੇ ਪੇਸ਼ੈਂਟ ਨੇ ਉਹ ਤੁਹਾਡੇ ਰਿਲੇਟਿਵ ਨੇ? ਜੀ, ਮੇਰੇ ਕਜ਼ਨ ਹੈ ਜੀ। ਕੀ ਹੋਇਆ ਸੀ, ਕੀ ਗੱਲ ਹੋਈ ਸੀ, ਕਿਹੜੇ ਡਾਕਟਰ ਨੇ? ਸਾਨੂੰ ਸਾਰੀ ਗੱਲ ਪ੍ਰੋਪਰ ਦੱਸਿਓ। ਸਰ, ਕੋਈ 1.5 ਸਾਲ ਦੇ ਲਗਭਗ ਹੋ ਗਿਆ, ਮੇਰੇ ਕਜ਼ਨ ਨੇ ਪਰਮਿੰਦਰ ਸਿੰਘ, ਉਹਨਾਂ ਦੇ ਗੁਰਦੇ ਦੇ ਵਿੱਚ ਸਟੋਨ ਹੋ ਗਈ ਸੀ, ਜਿਸਦਾ ਇਲਾਜ ਡਾਕਟਰ ਪੁਨੀਤ ਫੁੱਲ ਦੇ ਹੋਸਪਿਟਲ ਦੇ ਵਿੱਚ, ਫੁੱਲ ਹੋਸਪਿਟਲ ਦੇ ਵਿੱਚ ਹੋਇਆ। ਸਾਨੂੰ ਪਤਾ ਨਹੀਂ ਸੀ ਵੀ ਡਾਕਟਰ ਫੁੱਲ ਕਿਹਨਾਂ ਤੋਂ ਓਪਰੇਸ਼ਨ ਕਰਾਉਣਗੇ। ਉਹਨਾਂ ਨੇ ਡਾਕਟਰ ਰੋਹਿਤ ਗਰਗ, ਸਾਨੂੰ ਪਤਾ ਨਹੀਂ ਸੀ ਉਹਨਾਂ ਬਾਰੇ, ਉਹਨਾਂ ਤੋਂ ਓਪਰੇਸ਼ਨ ਕਰਾਇਆ। ਉਸ ਤੋਂ ਬਾਅਦ ਉਹ ਪਾਥਰੀਆਂ ਕੱਢਦੇ ਸਮੇਂ ਉਹਨਾਂ ਤੋਂ ਪਾਥਰੀਆਂ ਦਾ ਪੂਰੀਆਂ ਨਿਕਲਦੀਆਂ ਸੀ, ਵਿੱਚ ਵਿਚਾਲੇ ਛੱਡ ਦੀਆਂ। ਉਹਨਾਂ ਨੇ ਜਿਹੜੀ ਕਿਡਨੀ ਦੀਆਂ ਨਸਾਂ ਸੀ ਉਹ ਕੱਟ ਦਿੱਤੀਆਂ, ਜਿਨ੍ਹਾਂ ਦੇ ਨਾਲ ਉਹਦੀ ਹਾਲਤ ਸੀ ਉਹ ਵਿਗੜ ਗਈ। ਪਰ ਡਾਕਟਰ ਵਿੱਚ ਵਿਚਾਲੇ ਛੱਡ ਕੇ ਚਲੇ ਗਿਆ, ਉਹਨੂੰ ਬਿਲਕੁਲ ਵੀ ਗੌਰ ਨਹੀਂ ਕੀਤੀ। ਉਹਨੂੰ ਸੀਰੀਅਸ ਹਾਲਤ ਦੇ ਵਿੱਚ ਅਸੀਂ ਆਪਣੇ ਅਮਰ ਹੋਸਪਿਟਲ ਦੇ ਵਿੱਚ ਲਿਆ ਕੇ ਭਰਤੀ ਕੀਤਾ। ਅਮਰ ਹੋਸਪਿਟਲ ਨੇ ਜਵਾਬ ਦੇ ਦਿੱਤਾ ਵੀ ਇਹ ਸਾਡੇ ਬਸ ਦੀ ਗੱਲ ਨਹੀਂ, ਜ਼ਿਆਦਾ ਸੀਰੀਅਸ ਆ। ਅਸੀਂ ਨਿਤਿਨ ਹੋਸਪਿਟਲ ਉੱਥੇ ਲੈ ਕੇ ਗਏ, ਉਹਨਾਂ ਨੇ ਜਵਾਬ ਦੇ ਦਿੱਤਾ। ਇੱਕ ਦੋ ਹੋਰ ਹੋਸਪਿਟਲ ਵੱਡੇ ਪਟਿਆਲੇ ਅਸੀਂ ਉਹਨਾਂ ਕੋਲ ਗਏ, ਸਾਰਿਆਂ ਨੇ ਜਵਾਬ ਦਿੱਤਾ ਵੀ ਸੀਰੀਅਸ ਹਾਲਤ ਆ, ਇਹਦੇ ਬਚਣ ਦੀ ਕੋਈ ਉਮੀਦ ਨਹੀਂ। ਸਾਨੂੰ ਅਸੀਂ ਐਂਬੂਲੈਂਸ ਕਰਕੇ ਅਸੀਂ ਡਾਕਟਰ ਆਪਣੇ CMC ਹੋਸਪਿਟਲ ਲੁਧਿਆਣਾ ਪਹੁੰਚੇ। ਉੱਥੇ ਡਾਕਟਰਾਂ ਨੇ ਸਾਨੂੰ ਬਿਲਕੁਲ 10% ਦੀ ਉਮੀਦ ਦੱਸੀ ਵੀ ਇਹਦੇ ਬਚਣ ਦੀ ਕੋਈ ਚਾਂਸ ਨਹੀਂ। ਪਰ ਉਹਨਾਂ ਨੇ ਬਹੁਤ ਸੰਘਰਸ਼ ਕਰਿਆ ਡਾਕਟਰਾਂ ਨੇ, ਕਈ ਓਪਰੇਸ਼ਨ ਹੋਣ ਤੋਂ ਬਾਅਦ ਕਿਤੇ ਉਹਦਾ 3-4 ਓਪਰੇਸ਼ਨ ਹੋਏ। ਫਿਰ ਜਿਹੜੀਆਂ ਕਿਡਨੀ ਦੀਆਂ ਨਸਾਂ ਸੀ ਉਹਦੇ ਵਿੱਚ ਜੈੱਲ ਟੈਪ ਕੁਛ ਭਰ ਕੀਤਾ, ਉਹਨਾਂ ਨੇ ਬੰਦ ਕੀਤਾ। ਤਕਰੀਬਨ 1.5 ਮਹੀਨਾ ਉਹ ਭਰਤੀ ਰਿਹਾ ਅਤੇ ਡਾਕਟਰ ਨੇ ਸਾਨੂੰ ਕੋਈ ਕੋਪਰੇਟ ਨਹੀਂ ਕੀਤਾ। ਉਹਦੀ ਬਹੁਤ ਜ਼ਿਆਦਾ ਹਾਲਤ ਹੈ ਜਿਹੜੀ ਉਹ ਬਿਗੜੀ। ਜਿਹੜੀ ਤੇ ਗੱਲਬਾਤ ਹੋਈ ਤੁਸੀਂ ਦੱਸਿਆ, 1.5 ਮਹੀਨਾ ਤੁਹਾਡਾ ਪੇਸ਼ੈਂਟ ਦਾਖਲ ਰਿਹਾ, ਉਸ ਦੇ ਵਿੱਚ ਤੁਸੀਂ ਡਾਕਟਰ ਨਾਲ ਜਿਹਨਾਂ ਤੋਂ ਹੋਈ ਸੀ ਇਹ ਗਲਤੀ, ਉਹਨਾਂ ਨਾਲ ਤੁਸੀਂ ਕੋਸ਼ਿਸ਼ ਕਰੀ ਸੀ ਉਹਨਾਂ ਨਾਲ ਰਾਬਤਾ ਰੱਖਣ ਦੀ? ਬਿਲਕੁਲ ਗੱਲ ਕਰੀ ਸੀ, ਉਹ ਕਹਿੰਦੇ ਵੀ ਇਹ ਝੂਠਾ ਗੱਲ, ਅਤੇ ਕਈ ਵਾਰ ਕਹਿੰਦੇ ਵੀ ਐਸੇ ਹੋ ਵੀ ਸਕਦੇ ਆ, ਕਹਿੰਦਾ ਫਿਰ ਮੈਂ ਹੁਣ ਕੀ ਕਰ ਸਕਦਾ ਜੇ ਹੋ ਗਿਆ। ਅਤੇ ਉਸ ਤੋਂ ਬਾਅਦ ਸਰ ਅਸੀਂ ਉਹਨਾਂ ਨਾਲ ਰਾਬਤਾ ਕਰਿਆ ਵੀ ਦੇਖੋ ਆਹ ਤੁਸੀਂ ਕੋਈ ਵੀ ਸਾਨੂੰ ਕੋਪਰੇਟ ਨਹੀਂ ਕਰਿਆ, ਪਰ ਉਹਨੇ ਝੂਠੇ ਸਾਬਤ ਕਰਕੇ ਅਸੀਂ ਕਿਹਾ ਵੀ ਤੁਸੀਂ ਓਪਰੇਸ਼ਨ ਕਰਨ ਤੋਂ ਬਾਅਦ ਇਹਦਾ ਇਲਾਜ ਨਹੀਂ। ਉਹ ਉਹਨਾਂ ਨੇ ਫਿਰ CMO ਸਾਹਿਬ ਨੇ ਉਹਨਾਂ ਤੋਂ ਜਵਾਬ ਮੰਗਿਆ, ਉਹਨਾਂ ਨੇ ਝੂਠੇ ਆਪ ਦੇ ਸਾਈਨ ਕਰਕੇ ਮੇਰੇ ਸਾਈਨ ਕੀਤੇ, ਪਰਮਿੰਦਰ ਸਿੰਘ ਦੇ ਜਿਹੜਾ ਕਜ਼ਨ ਦੇ ਓਪਰੇਸ਼ਨ ਹੋਇਆ ਸੀ ਉਹਦੇ ਝੂਠੇ ਸਾਈਨ ਕਰਕੇ CMO ਕੋਲ ਉੱਥੇ ਕਾਗਜ਼ ਪੇਸ਼ ਕਰੇ। CMO ਸਾਹਿਬ ਨੇ ਉਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਸਾਨੂੰ 420 ਦਾ ਫਰੋਡ ਦੱਸਿਆ ਵੀ ਇਹ ਕਿ ਆਪ ਜਲਦੀ ਸਾਈਨ ਕੀਤੇ ਹੋਏ ਨੇ। ਉਸ ਤੋਂ ਬਾਅਦ CMO ਕੋਲ ਅਸੀਂ ਜਿਹੜੀ ਉਹ ਅਸੀਂ ਦਰਖਾਸਤ ਪਾਈ, CMO ਸਾਹਿਬ ਨੇ ਲੰਬੀ ਰਿਪੋਰਟ ਤੋਂ ਬਾਅਦ ਤਕਰੀਬਨ 2 ਸਾਲ